कार्डियोवैस्कुलर डिजीज दुनिया की सब तो ज्यादा भयानक ते खतरनाक ते जानलेवा बीमारी है। इहदे विच हार्ट अटैक ते लकवे दे अटैक आ जांदे ने। की सानू पता है कि वह केड़ियां चीज़ां ने जिहड़ियां इस कार्डियोवैस्कुलर डिजीज नू वधाउंदियां आ, वह किहड़े फैक्टर्स आ, अगर वह साडी लाइफ च हैगे ने ते साडी कार्डियोवैस्कुलर डिजीज का रिस्क जिहड़ा आ या सानू अधरंग या दिल का दौरा पैण दे चांस वध जांदे ने, इन्हां सारे फैक्टरां नू अज असीं इस वीडियो दे विच डिस्कस करांगे। जानण वास्ते इस वीडियो नू जरूर देखो। ਸਤਿਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਈਰੂਡਾਈਟ ਨਿਊਟ੍ਰੀਸ਼ਨ ਤੋਂ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਸਾਰੇ ਫੈਕਟਰਸ ਜਿਨ੍ਹਾਂ ਦੇ ਉੱਪਰ ਇਹ ਚੀਜ਼ਾਂ ਡਿਪੈਂਡ ਕਰਦੀਆਂ ਨੇ ਕਿ ਸਾਨੂੰ ਇਨ ਫਿਊਚਰ ਦੇ ਵਿੱਚ ਦਿਲ ਦਾ ਰੋਗ ਲੱਗ ਸਕਦਾ ਹੈ ਜਾਂ ਲਕਵੇ ਦੀ ਪ੍ਰੋਬਲਮ ਜਾਂ ਦਿਮਾਗ ਦੀ ਕਿਸੇ ਨਾੜੀ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਨਹੀਂ। ਕੋਈ ਇੱਕ ਫੈਕਟਰ ਨਹੀਂ ਹੈ, ਇਹਦੇ ਵਾਸਤੇ ਬਹੁਤ ਸਾਰੇ ਫੈਕਟਰ ਜ਼ਿੰਮੇਵਾਰ ਹੁੰਦੇ ਆ। ਆਪਾਂ ਸਾਰਾ ਕਸੂਰ ਕਿਸੇ ਇੱਕ ਫੈਕਟਰ ਦੇ ਉੱਪਰ ਵੀ ਨਹੀਂ ਸੁੱਟ ਸਕਦੇ। ਸੋ ਸਾਨੂੰ ਦੇਖਣਾ ਪਏਗਾ ਕਿ ਅੱਜ ਅਸੀਂ ਇਸ ਵੀਡੀਓ 'ਚ ਜੋ ਜੋ ਡਿਸਕਸ ਕਰਾਂਗੇ ਇਹਦੇ ਵਿੱਚੋਂ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਤੁਹਾਡੀ ਲਾਈਫ ਦੇ ਵਿੱਚ ਹੈਗੀਆਂ। ਜਿੰਨੀਆਂ ਜ਼ਿਆਦਾ ਇਹਨਾਂ ਦੇ ਵਿੱਚੋਂ ਪ੍ਰੋਬਲਮਸ ਤੁਹਾਡੀ ਲਾਈਫ 'ਚ ਹੋਣਗੀਆਂ, ਉਨਾ ਹੀ ਤੁਹਾਡਾ ਕਾਰਡੀਓਵੈਸਕੁਲਰ ਡਿਜ਼ੀਜ਼ ਅਤੇ ਕਾਰਡੀਓਵੈਸਕੁਲਰ ਐਕਸੀਡੈਂਟ ਦਾ ਰਿਸਕ ਵੱਧਦਾ ਹੈ। ਮਤਲਬ ਉਨਾ ਹੀ ਤੁਹਾਡਾ ਦਿਲ ਦੇ ਜਾਂ ਦਿਮਾਗ ਦੇ ਦੌਰੇ ਦਾ ਰਿਸਕ ਵੱਧ ਜਾਂਦਾ ਹੈ। ਇਸ ਤੋਂ ਪਹਿਲਾਂ ਅਗਰ ਤੁਸੀਂ ਇਸ ਪਲੇਲਿਸਟ ਦੀਆਂ ਪਹਿਲੀਆਂ 4 ਵੀਡੀਓਜ਼ ਨਹੀਂ ਦੇਖੀਆਂ ਤਾਂ ਪਲੀਜ਼ ਮੇਰੇ ਯੂਟਿਊਬ ਚੈਨਲ 'ਤੇ ਜਾ ਕੇ ਉਸ ਵੀਡੀਓਜ਼ ਨੂੰ ਜ਼ਰੂਰ ਦੇਖੋ। ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਆਈਕਨ ਦੱਬਣਾ ਨਾ ਭੁੱਲਿਓ। ਸੋ ਮੇਰੇ ਪਿੱਛੇ ਬੋਰਡ ਦੇ ਉੱਪਰ ਕਾਫੀ ਸਾਰੇ ਉਹ ਫੈਕਟਰ ਲਿਖੇ ਹੋਏ ਆ ਜਿਹੜੇ ਦਿਲ ਜਾਂ ਦਿਮਾਗ ਦੇ ਦੌਰੇ ਨੂੰ ਵਧਾ ਜਾਂ ਘਟਾ ਸਕਦੇ ਨੇ। ਸੋ ਆਓ ਦੇਖੀਏ, ਪਹਿਲਾਂ ਇਸ ਸਾਈਡ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਨੰਬਰ ਤੇ ਹੈ ਹਾਈਪਰਟੈਂਸ਼ਨ, ਯਾਨੀ ਕਿ ਬਲੱਡ ਪ੍ਰੈਸ਼ਰ ਵਧਣਾ, ਹਾਈ ਰਹਿਣਾ। ਅਗਰ ਤੁਹਾਡਾ ਬੀਪੀ ਬਲੱਡ ਪ੍ਰੈਸ਼ਰ ਤੁਹਾਡਾ ਹਾਈ ਰਹਿੰਦਾ ਹੈ ਤਾਂ ਦਿਲ ਤੇ ਦਿਮਾਗ ਦੀ ਬਿਮਾਰੀ ਦਾ ਰਿਸਕ ਤੁਹਾਨੂੰ ਜ਼ਿਆਦਾ ਹੈ, ਕਿਉਂਕਿ ਜਦੋਂ ਤੁਹਾਡਾ ਦਿਲ ਜ਼ੋਰ ਨਾਲ ਪੰਪ ਕਰੇਗਾ ਤੁਹਾਡੀਆਂ ਨਾੜਾਂ 'ਚ ਪ੍ਰੈਸ਼ਰ ਕ੍ਰੀਏਟ ਹੋਏਗਾ ਤੇ ਤੁਹਾਡੀਆਂ ਨਾੜਾਂ ਡੈਮੇਜ ਹੋ ਸਕਦੀਆਂ ਆ ਜਾਂ ਬ੍ਰੇਨ ਦੀ ਨਾੜੀ ਫਟ ਵੀ ਸਕਦੀ ਹੈ। ਸੋ ਅਗਰ ਤੁਹਾਨੂੰ ਬੀਪੀ ਦੀ ਪ੍ਰੋਬਲਮ ਹੈ, ਕੱਲੀਆਂ ਦਵਾਈਆਂ ਦੇ ਨਾਲ ਬੀਪੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਾ ਕਰੀਏ, ਆਪਣੇ ਨਮਕ ਅਤੇ ਹੋਰ ਫਾਈਬਰ ਤੇ ਹੋਰ ਪੂਰੀ ਡਾਈਟ ਦਾ ਖਿਆਲ ਰੱਖੀਏ ਤਾਂ ਕਿ ਨੈਚੁਰਲੀ ਸਾਡਾ ਬੀਪੀ ਜਿਹੜਾ ਆ ਉਹ ਸਟੇਬਲ ਰਹਿ ਸਕੇ। ਅਗਲਾ ਫੈਕਟਰ ਆ ਜਾਂਦਾ ਜੀ ਸਮੋਕਿੰਗ। ਅਗਰ ਧੂਮਰਪਾਨ ਕਰਦੇ ਹੋ ਤੁਸੀਂ, ਅਗਰ ਸਿਗਰਟ ਬੀੜੀ ਵਗੈਰਾ ਤੁਸੀਂ ਪੀਂਦੇ ਹੋ ਤਾਂ ਤੁਹਾਡਾ ਹਾਰਟ ਡਿਜ਼ੀਜ਼ ਜਾਂ ਬ੍ਰੇਨ ਦੀ ਡਿਜ਼ੀਜ਼ ਦਾ ਰਿਸਕ ਜਿਹੜਾ ਆ ਉਹ ਵੱਧਦਾ ਹੈ, ਕਿਉਂਕਿ ਨਾ ਸਿਰਫ ਸਿਗਰਟ ਬੀੜੀ ਤੋਂ ਨਿਕਲਣ ਵਾਲਾ ਧੂੰਆਂ ਜਿਹੜਾ ਤੁਸੀਂ ਅੰਦਰ ਖਿੱਚ ਰਹੇ ਹੋ ਉਹ ਤੁਹਾਡੇ ਫੇਫੜਿਆਂ ਨੂੰ ਨੁਕਸਾਨ ਕਰਦਾ, ਬਲਕਿ ਉਹ ਤੁਹਾਡੀ ਪੂਰੀ ਬਾਡੀ ਦੀ ਰੈਸਪੀਰੇਸ਼ਨ ਨੂੰ ਡਾਊਨ ਕਰਦਾ ਆ, ਪੂਰੀ ਬਾਡੀ ਦੀ ਆਕਸੀਜਨ ਸਪਲਾਈ ਦੇ ਉੱਪਰ ਇਫੈਕਟ ਕਰਦਾ ਆ। ਇਸ ਦੇ ਨਾਲ ਹੀ ਬਹੁਤ ਸਵੇਰਲੀ ਤੁਹਾਡੀਆਂ ਨਾੜਾਂ ਨੂੰ ਵੀ ਉਹ ਡੈਮੇਜ ਕਰਦਾ ਆ। ਸੋ ਸਮੋਕਿੰਗ ਬਹੁਤ ਖਤਰਨਾਕ ਪੈਰਾਮੀਟਰ ਹੈ, ਅਗਰ ਤੁਸੀਂ ਸਮੋਕਿੰਗ ਕਰਦੇ ਆ ਤੁਹਾਡਾ ਰਿਸਕ ਆਟੋਮੈਟਿਕਲੀ ਵੱਧ ਜਾਂਦਾ। ਇਸ ਤੋਂ ਅਗਲਾ ਫੈਕਟਰ ਹੈ ਜੀ ਕੋਲੈਸਟਰੋਲ। ਕੋਲੈਸਟਰੋਲ ਬਾਰੇ ਆਪਾਂ ਪਿਛਲੀਆਂ 2 ਵੀਡੀਓਜ਼ 'ਚ ਗੱਲ ਕੀਤੀ ਹੈ। ਕੋਲੈਸਟਰੋਲ ਅਗਰ ਵਧਿਆ ਹੋਇਆ ਹੈ ਤਾਂ ਇਕੱਲਾ ਦਵਾਈ ਖਾ ਕੇ ਕੋਲੈਸਟਰੋਲ ਨੂੰ ਥੱਲੇ ਕਰਨ ਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਏਗਾ। ਸਾਨੂੰ ਲਾਈਫ ਸਟਾਈਲ ਚੇਂਜ ਕਰਨੇ ਪੈਣਗੇ, ਸਾਨੂੰ ਦੇਖਣਾ ਪੈਣਾ ਸਾਡੇ ਜੀਵਨ ਸ਼ੈਲੀ 'ਚ ਕਿਹੜੀਆਂ ਗਲਤੀਆਂ ਨੇ ਜਿਹਦੇ ਕਰਕੇ ਕੋਲੈਸਟਰੋਲ ਵਧਿਆ ਸੀ। ਸੋ ਪਹਿਲਾਂ ਉਹਨਾਂ ਨੂੰ ਕੰਟਰੋਲ ਕਰੋ, ਤੁਹਾਡਾ ਕੋਲੈਸਟਰੋਲ ਆਪਣੇ ਆਪ ਠੀਕ ਹੋ ਜਾਏਗਾ। ਅਗਲਾ ਆ ਗਿਆ ਜੀ ਡਾਇਬਟੀਜ਼। ਬਹੁਤ ਹੀ ਜ਼ਰੂਰੀ ਰਿਸਕ ਫੈਕਟਰ ਆ ਇਹ। ਡਾਇਬਟੀਜ਼ ਵਾਲੇ ਮਰੀਜ਼ ਦਾ ਖਤਰਾ ਨੋਰਮਲ ਮਰੀਜ਼ ਨਾਲੋਂ 4 ਗੁਣਾ ਵੱਧ ਜਾਂਦਾ ਆ ਜਦੋਂ ਆਪਾਂ ਦਿਲ ਅਤੇ ਦਿਮਾਗ ਦੇ ਅਟੈਕ ਦੀ ਗੱਲ ਕਰਦੇ ਹਾਂ। ਕਿਉਂ? ਕਿਉਂਕਿ ਵਧੀ ਹੋਈ ਸ਼ੂਗਰ ਯਾਨੀ ਕਿ ਹਾਈਪਰ ਗਲਾਈਸੀਮੀਆ ਸਾਡੀਆਂ ਨਾੜਾਂ ਨੂੰ ਅੰਦਰੋਂ ਡੈਮੇਜ ਕਰ ਦਿੰਦਾ ਆ ਅਤੇ ਨਾੜ ਜਿੱਥੇ ਡੈਮੇਜ ਹੋਏਗੀ ਉੱਥੇ ਹੀ ਕਲੋਟ ਬਣੇਗਾ, ਉੱਥੇ ਨਾੜਾਂ ਨੂੰ ਇੰਜਰੀ ਹੋਏਗੀ, ਉੱਥੇ ਹੀ ਸਾਡੀ ਨਾੜ ਨੂੰ ਅਟੈਕ ਹੋਏਗਾ, ਉੱਥੇ ਹੀ ਸਾਡੀ ਨਾੜ ਦਾ ਬਲੀਡ ਹੋਏਗਾ। ਸੋ ਅਗਲਾ ਫੈਕਟਰ ਆ ਗਿਆ ਜੀ ਮੋਟਾਪਾ ਯਾਨੀ ਕਿ ਓਬੀਸਿਟੀ। ਓਬੀਸਿਟੀ ਜਿਹੜੀ ਹੈ ਇਹ ਇੱਕ ਕਾਰਨ ਤਾਂ ਨਹੀਂ, ਹੋ ਸਕਦਾ ਹੈ ਕਿ ਅਗਰ ਤੁਹਾਨੂੰ ਬਾਕੀ ਪ੍ਰੋਬਲਮਸ ਨਹੀਂ, ਇਕੱਲਾ ਮੋਟਾਪਾ ਆ ਅਤੇ ਇਕੱਲੇ ਮੋਟਾਪੇ ਦੇ ਨਾਲ ਤੁਹਾਡਾ ਰਿਸਕ ਵੱਧਦਾ ਜ਼ਰੂਰ ਆ ਪਰ ਇੰਨਾ ਜ਼ਿਆਦਾ ਵੀ ਨਹੀਂ। ਲੇਕਿਨ ਅਗਰ ਤੁਸੀਂ ਵਜ਼ਨ ਦੇ ਵਿੱਚ ਭਾਰੇ ਹੋ, ਅਗਰ ਤੁਹਾਡਾ ਵਜ਼ਨ ਲੋੜ ਤੋਂ ਜ਼ਿਆਦਾ ਹੈ ਤਾਂ ਤੁਸੀਂ ਆਟੋਮੈਟਿਕਲੀ ਹਾਈਪਰਟੈਂਸ਼ਨ, ਕੋਲੈਸਟਰੋਲ ਅਤੇ ਡਾਇਬਟੀਜ਼ ਦੇ ਰਿਸਕ ਦੇ ਵਿੱਚ ਆ ਜਾਂਦੇ ਆ। ਅਗਰ ਤੁਸੀਂ ਮੋਟਾਪੇ ਦੇ ਨਾਲ ਨਾਲ ਹੀ ਨਾ ਕਿਸੇ ਹੋਰ ਬਿਮਾਰੀ ਦੇ ਰਿਸਕ ਵਿੱਚ ਆ ਗਏ, ਫਿਰ ਤੁਹਾਡੀ ਹਾਰਟ ਡਿਜ਼ੀਜ਼ ਦਾ ਰਿਸਕ ਜਾਂ ਬ੍ਰੇਨ ਦੀ ਡਿਜ਼ੀਜ਼ ਦਾ ਰਿਸਕ ਹੋਰ ਜ਼ਿਆਦਾ ਵੱਧ ਜਾਂਦਾ ਹੈ। ਸੋ ਵਜ਼ਨ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ। ਲਾਸਟ ਆ ਜਾਂਦਾ ਹੈ ਜੀ ਅਲਕੋਹਲ ਯਾਨੀ ਕਿ ਸ਼ਰਾਬ ਦਾ ਸੇਵਨ ਕਰਨਾ। ਸ਼ਰਾਬ ਦਾ ਸੇਵਨ ਇੱਕ ਮਾਤਰਾ ਤੋਂ ਜ਼ਿਆਦਾ ਅਗਰ ਤੁਸੀਂ ਕੀਤਾ ਹੋਵੇ ਤਾਂ ਉਹ ਤਾਂ ਨੁਕਸਾਨ ਕਰਦਾ। ਉਹ ਮਾਤਰਾ ਕੀ ਹੈ? ਬਹੁਤ ਜ਼ਿਆਦਾ ਘੱਟ, ਲਗਭਗ ਨਾ ਦੇ ਬਰਾਬਰ। ਅਗਰ ਤੁਸੀਂ ਰੈਗੂਲਰ ਸ਼ਰਾਬ ਪੀਂਦੇ ਹੋ ਉਹਦੇ ਨਾਲ ਤੁਸੀਂ ਆਪਣੇ ਲਿਵਰ ਦੇ ਉੱਪਰ ਪ੍ਰੈਸ਼ਰ ਪਾ ਰਹੇ ਹੋ, ਪਲੱਸ ਤੁਸੀਂ ਆਪਣਾ ਵਜ਼ਨ ਅਤੇ ਆਪਣਾ ਸ਼ੂਗਰ ਦਾ ਰਿਸਕ ਵਧਾ ਰਹੇ ਹੋ। ਜਿੱਦਾਂ ਜਿੱਦਾਂ ਤੁਹਾਡੇ ਇਹ ਰਿਸਕ ਵਧੀ ਜਾਣੇ ਆ ਤੁਹਾਡਾ ਹਾਰਟ ਅਟੈਕ ਦਾ ਰਿਸਕ ਵੀ ਨਾਲ ਹੀ ਵਧੀ ਜਾਣਾ।
ਸੋ ਆਓ ਦੋਸਤੋ ਹੁਣ ਆਪਾਂ ਇੱਧਰ ਧਿਆਨ ਦੇਈਏ ਇੱਧਰ ਕਿਹੜੇ ਕਿਹੜੇ ਫੈਕਟਰ ਆਪਾਂ ਲਿਖੇ ਸੋ ਪਹਿਲੇ ਨੰਬਰ ਤੇ ਹੈਗਾ ਸੈਡੈਂਟਰੀ ਲਾਈਫ ਸਟਾਈਲ ਸੈਡੈਂਟਰੀ ਲਾਈਫ ਸਟਾਈਲ ਦਾ ਮਤਲਬ ਹੈ ਉਹ ਜੀਵਨ ਸ਼ੈਲੀ ਜਿਹਦੇ ਵਿੱਚ ਆਪਾਂ ਕੋਈ ਬਹੁਤੀ ਕਸਰਤ ਜਾਂ ਭੱਜ ਨੱਠ ਜਾਂ ਸਰੀਰਕ ਸ਼ਰਮ ਜਿਹੜਾ ਆ ਉਹ ਨਹੀਂ ਕਰਦੇ ਅਗਰ ਅਸੀਂ ਦਫ਼ਤਰ ਦਫ਼ਤਰ ਤੋਂ ਘਰ ਆ ਕੇ ਸੌਂ ਜਾਂਦੇ ਹਾਂ ਦੁਕਾਨ ਦੁਕਾਨ ਤੋਂ ਘਰ ਆ ਕੇ ਸੌਂ ਜਾਂਦੇ ਹਾਂ ਵਰਕਆਊਟ ਨਹੀਂ ਕਰਦੇ ਸਾਈਕਲਿੰਗ ਐਕਸਰਸਾਈਜ਼ ਯੋਗਾ ਸੈਰ ਇਹ ਚੀਜ਼ਾਂ ਅਗਰ ਅਸੀਂ ਨਹੀਂ ਕਰਦੇ ਸਾਡਾ ਲਾਈਫ ਸਟਾਈਲ ਸੈਡੈਂਟਰੀ ਹੈ ਸੋ ਸੈਡੈਂਟਰੀ ਲਾਈਫ ਸਟਾਈਲ ਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਸਾਡੇ ਖੂਨ ਦਾ ਸਰਕੂਲੇਸ਼ਨ ਇੰਪਰੂਵ ਹੁੰਦਾ ਹੈ ਇਸੇ ਨਾਲ ਨਾਲ ਆਕਸੀਜਨ ਸਰਕੂਲੇਸ਼ਨ ਇਨਕਰੀਜ਼ ਹੁੰਦਾ ਹੈ ਆਕਸੀਜਨ ਸਰਕੂਲੇਸ਼ਨ ਤੇ ਖੂਨ ਦਾ ਸਰਕੂਲੇਸ਼ਨ ਜਿਹੜਾ ਆ ਦੌਰਾ ਉਹ ਜਦੋਂ ਸਾਡਾ ਠੀਕ ਹੋਏਗਾ ਸਾਡੀਆਂ ਨਾੜਾਂ ਸਾਡੇ ਦਿਲ ਸਾਡੇ ਜਿੰਨੇ ਵੀ ਸਰੀਰ ਦੇ ਔਰਗਨ ਆ ਉਹ ਵਧੀਆ ਕੰਮ ਕਰਨਗੇ ਸੋ ਅਗਰ ਤੁਹਾਡਾ ਲਾਈਫ ਸਟਾਈਲ ਸੈਡੈਂਟਰੀ ਹੈ ਕਿਸੇ ਨਾ ਕਿਸੇ ਤਰੀਕੇ ਦੀ ਕਸਰਤ ਆਪਣੇ ਲਾਈਫ ਸਟਾਈਲ ਦੇ ਵਿੱਚ ਸਾਨੂੰ ਜ਼ਰੂਰ ਐਡ ਕਰਨੀ ਚਾਹੀਦੀ ਹੈ ਬਹੁਤੀ ਨਹੀਂ 20-30 ਮਿੰਟ ਇੱਕ ਦਿਨ ਦੇ ਵੀ ਕਾਫੀ ਨੇ ਨੋਰਮਲ ਪਰਸਨ ਵਾਸਤੇ ਅਗਲਾ ਆ ਗਿਆ ਜੀ ਫੈਮਿਲੀ ਹਿਸਟਰੀ ਹੁਣ ਦੇਖੋ ਹੁਣ ਤੱਕ ਅਸੀਂ ਜਿੰਨੇ ਆਹ ਫੈਕਟਰਸ ਦੀ ਗੱਲ ਕੀਤੀ ਸ਼ਰਾਬ ਪੀਣਾ ਸਮੋਕਿੰਗ ਕਰਨਾ ਮੋਟਾਪਾ ਹਾਈਪਰਟੈਂਸ਼ਨ ਸ਼ੂਗਰ ਲਾਈਫ ਸਟਾਈਲ ਇਹ ਸਾਰਾ ਕੁਝ ਤੁਹਾਡੇ ਹੱਥ 'ਚ ਆ ਫੈਮਿਲੀ ਹਿਸਟਰੀ ਤੁਹਾਡੇ ਹੱਥ 'ਚ ਨਹੀਂ ਅਗਰ ਤੁਹਾਡੇ ਪਰਿਵਾਰ 'ਚੋਂ ਤੁਹਾਡੇ ਮਦਰ ਫਾਦਰ ਨੂੰ ਜਾਂ ਤੁਹਾਡੀ ਮਦਰ ਫਾਦਰ ਦੀ ਅੱਗੇ ਫੈਮਿਲੀ ਦੇ ਵਿੱਚੋਂ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਜਾਂ ਅਦਰ ਅੰਗ ਦੀ ਪ੍ਰੋਬਲਮ ਹੋਈ ਹੈ ਬ੍ਰੇਨ ਦਾ ਜਾਂ ਹਾਰਟ ਦਾ ਅਟੈਕ ਹੋਇਆ ਤੁਸੀਂ ਆਟੋਮੈਟਿਕਲੀ ਰਿਸਕ ਕੈਟਾਗਰੀ 'ਚ ਆ ਗਏ ਇਹਦਾ ਇਹ ਮਤਲਬ ਨਹੀਂ ਵੀ ਤੁਹਾਨੂੰ ਵੀ ਹੋਣਾ ਹੀ ਹੋਣਾ ਲੇਕਿਨ ਤੁਹਾਡਾ ਨੋਰਮਲ ਬੰਦੇ ਨਾਲੋਂ ਰਿਸਕ ਥੋੜਾ ਜਿਹਾ ਵੱਧ ਗਿਆ ਇਹਦੇ ਚ ਤੁਹਾਡਾ ਜੈਨੇਟਿਕਸ ਤੁਹਾਡੀ ਹੈਰੀਡਿਟੀ ਤੁਹਾਡਾ DNA ਇਹ ਸਾਰੀਆਂ ਚੀਜ਼ਾਂ ਇਨਕਲੂਡਡ ਹੁੰਦੀਆਂ ਨੇ ਸੋ ਅਗਰ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਹਾਰਟ ਜਾਂ ਬ੍ਰੇਨ ਦੇ ਅਟੈਕ ਦੀ ਪ੍ਰੋਬਲਮ ਕਦੀ ਪਹਿਲਾਂ ਆਈ ਹੈ ਤੁਸੀਂ ਆਟੋਮੈਟਿਕਲੀ ਹਾਈ ਰਿਸਕ ਤੇ ਹੋ ਅੱਜ ਤੋਂ ਹੀ ਆਪਣੀ ਸਿਹਤ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿਓ ਸਮਾਂ ਨਾ ਨਿਕਲ ਜਾਏ ਸੋ ਅੱਜ ਤੋਂ ਹੀ ਆਪਣਾ ਲਾਈਫ ਸਟਾਈਲ ਚੇਂਜ ਕਰੋ ਫੈਮਿਲੀ ਹਿਸਟਰੀ ਦਾ ਚੇਂਜ ਨਹੀਂ ਕਰ ਸਕਦੇ ਲਾਈਫ ਸਟਾਈਲ ਜ਼ਰੂਰ ਚੇਂਜ ਕਰੋ ਅਗਲਾ ਆ ਗਿਆ ਜੀ ਐਥਨਿਕ ਬੈਕਗ੍ਰਾਉਂਡ ਐਥਨਿਕ ਬੈਕਗ੍ਰਾਉਂਡ ਦਾ ਮਤਲਬ ਇਹ ਹੈ ਕਿ ਗਲੋਬਲ ਲੈਵਲ ਤੇ ਵਰਲਡ ਲੈਵਲ ਤੇ ਇੰਡੀਅਨ ਹੋ ਗਏ ਜਾਂ ਚਾਈਨੀਜ਼ ਹੋ ਗਏ ਯੂਰੋਪੀਅਨ ਹੋ ਗਏ ਅਫਰੀਕਨ ਅਮੈਰੀਕਨ ਯੂਰਪ ਇਹ ਸਾਰੇ ਲੋਕ ਅਲੱਗ ਅਲੱਗ ਜਿਹੜੇ ਰੇਸਸ ਨੂੰ ਬਿਲੋਂਗ ਕਰਦੇ ਆ ਇਹਨਾਂ ਸਾਰਿਆਂ ਦੇ ਰਹਿਣ ਸਹਿਣ ਦੇ ਤਰੀਕੇ DNA ਖਾਣ ਪੀਣ ਦੇ ਤਰੀਕੇ ਇਹਨਾਂ ਸਾਰਿਆਂ 'ਚ ਕੁਝ ਕੁਝ ਜਿਹੜੇ ਆ ਰੀਜਨਲ ਆਸਪੈਕਟ ਬਦਲਾਵ ਜਿਹੜੇ ਆ ਉਹ ਸੋ ਜਿਹੜਾ ਵਿਅਕਤੀ ਜਿਹੋ ਜਿਹੇ ਏਰੀਏ 'ਚ ਰਹਿੰਦਾ ਆ ਜਿਹੋ ਜਿਹੀ ਕਮਿਊਨਿਟੀ 'ਚ ਰਹਿੰਦਾ ਉਹ ਵੀ ਆਪਣੀ ਕਮਿਊਨਿਟੀ ਦਾ ਅਸਰ ਅਬਜ਼ਰਵ ਕਰਦਾ ਆ ਕੁਝ ਕਮਿਊਨਿਟੀਆਂ ਐਸੀਆਂ ਆ ਜਿਨ੍ਹਾਂ ਦਾ ਹਾਰਟ ਰਿਸਕ ਲੋ ਹੈ ਜਿਵੇਂ ਕਿ ਜੈਪਨੀਜ਼ ਜਿਹੜੇ ਜਪਾਨ 'ਚ ਰਹਿੰਦੇ ਆ ਅਫਰੀਕਨ ਲੋਕ ਜਿਹੜੇ ਅਫਰੀਕਾ 'ਚ ਰਹਿੰਦੇ ਆ ਲੇਕਿਨ ਜਦੋਂ ਇਹੀ ਜੈਪਨੀਜ਼ ਜਾਂ ਅਫਰੀਕਨ ਲੋਕ ਆਪਣਾ ਕਲਚਰ ਚੇਂਜ ਕਰ ਦਿੰਦੇ ਨੇ ਜਦੋਂ ਅਮਰੀਕਾ ਜਾ ਕੇ ਅਮਰੀਕਨ ਲਾਈਫ ਸਟਾਈਲ ਫੋਲੋ ਕਰਦੇ ਆ ਤਾਂ ਇਹਨਾਂ ਦਾ ਹਾਰਟ ਰਿਸਕ ਵੱਧ ਜਾਂਦਾ ਸੇਮ ਚੀਜ਼ ਸਾਡੇ ਨਾਲ ਆ ਲੇਕਿਨ ਸਾਡਾ ਇੰਡੀਆ ਦੇ ਵਿੱਚ ਰਹਿੰਦੇ ਹੋਏ ਹੀ ਹਾਰਟ ਰਿਸਕ ਵਧਿਆ ਹੋਇਆ ਆ ਕਿਉਂਕਿ ਸਾਡਾ ਲਾਈਫ ਸਟਾਈਲ ਸਾਡੀ ਪੂਰੀ ਦੀ ਪੂਰੀ ਕਮਿਊਨਿਟੀ ਦਾ ਲਾਈਫ ਸਟਾਈਲ ਖਰਾਬ ਹੋ ਚੁੱਕਿਆ ਆ ਅੱਗੇ ਆ ਜਾਂਦਾ ਆ ਜੀ ਉਮਰ ਤੇ ਜੈਂਡਰ ਉਮਰ ਦੇ ਲਿਹਾਜ਼ ਨਾਲ ਪਹਿਲਾਂ ਕਿਹਾ ਜਾਂਦਾ ਸੀ ਕਿ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ ਤੁਹਾਡਾ ਹਾਰਟ ਡਿਜ਼ੀਜ਼ ਦਾ ਰਿਸਕ ਵੱਧਦਾ ਇਹ ਗੱਲ ਅੱਜ ਵੀ ਸੱਚ ਹੈ ਪਰ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ 20-25 ਸਾਲ ਦੇ ਜਿਹੜੇ ਪੇਸ਼ੈਂਟ ਆ ਉਹ ਵੀ ਦੇਖੇ ਹੋਏ ਆ ਜਿਨ੍ਹਾਂ ਨੂੰ ਡਾਇਬਟੀਜ਼ BP ਜਾਂ ਹਾਰਟ ਦੀ ਪ੍ਰੋਬਲਮ ਹੈਗੀ ਆ ਸੋ ਮੇਰੇ ਖਿਆਲ ਨਾਲ ਹਾਰਟ ਡਿਜ਼ੀਜ਼ ਹੁਣ ਉਮਰ ਦੇਖ ਕੇ ਨਹੀਂ ਲੱਗਦੀ ਸ਼ੂਗਰ BP ਹੁਣ ਉਮਰ ਦੇਖ ਕੇ ਨਹੀਂ ਲੱਗਦਾ ਇਹ ਤੁਹਾਨੂੰ ਕਿਸੇ ਵੀ ਉਮਰ 'ਚ ਹੋ ਸਕਦਾ ਆ ਸੋ ਇਹ ਨਾ ਸੋਚੋ ਕਿ ਅਗਰ ਤੁਸੀਂ ਯੰਗ ਆ ਤੇ ਇਹ ਬੁੱਢਿਆਂ ਵਾਲੀਆਂ ਬਿਮਾਰੀਆਂ ਆ ਤੇ ਤੁਹਾਨੂੰ ਨਹੀਂ ਹੋ ਸਕਦੀਆਂ ਕਿਉਂਕਿ ਤੁਸੀਂ ਯੰਗ ਆ ਇਹ ਤੁਹਾਡੀ ਗਲਤੀ ਆ ਅਗਰ ਤੁਸੀਂ ਇਹਨਾਂ ਰਿਸਕ ਫੈਕਟਰਸ 'ਚ ਇਨਵੋਲਵ ਹੁੰਦੇ ਹੋ ਤੁਸੀਂ ਕਦੀ ਵੀ ਕਾਰਡੀਓਵੈਸਕੁਲਰ ਡਿਜ਼ੀਜ਼ ਐਕਸੀਡੈਂਟ ਦਿਲ ਦੇ ਜਾਂ ਦਿਮਾਗ ਦੇ ਦੌਰੇ ਦੇ ਰਿਸਕ ਵਿੱਚ ਆ ਸਕਦੇ ਹੋ ਜੈਂਡਰ ਮਰਦਾਂ ਨੂੰ ਹਾਰਟ ਦੀ ਤੇ ਅਧਰੰਗ ਦੀ ਪ੍ਰੋਬਲਮ ਬ੍ਰੇਨ ਦੇ ਅਟੈਕ ਦੀ ਪ੍ਰੋਬਲਮ ਔਰਤਾਂ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਰਹਿੰਦੀ ਪਰ ਇਹਦਾ ਇਹ ਮਤਲਬ ਨਹੀਂ ਵੀ ਔਰਤਾਂ ਸੇਫ ਆ ਹੋ ਕਿਸੇ ਨੂੰ ਵੀ ਸਕਦੀ ਆ ਪਰ ਸਟੈਟਸ ਦੇ ਅਕੋਰਡਿੰਗਲੀ ਫੈਕਟਸ ਦੇ ਅਕੋਰਡਿੰਗਲੀ ਮਰਦਾਂ ਦੇ ਵਿੱਚ ਇਹ ਚੀਜ਼ ਥੋੜ੍ਹੀ ਜਿਹੀ ਜ਼ਿਆਦਾ ਆ ਸੋ ਅੱਗੇ ਚਲੀਏ ਇਨਫਲਾਮੇਸ਼ਨ ਇਨਫਲਾਮੇਸ਼ਨ ਯਾਨੀ ਕਿ ਤੁਹਾਡੀ ਅੰਦਰੂਨੀ ਸੋਜਿਸ਼ ਤੁਹਾਡੀ ਨਾੜਾਂ ਦੇ ਅੰਦਰਲੀ ਸੋਜਿਸ਼ ਇਨਫਲਾਮੇਸ਼ਨ ਜਿਹੜੀ ਹੈ ਇਹ ਆਟੋਮੇਟਿਡ ਇੱਕ ਰਿਸਪੋਂਸ ਹੁੰਦਾ ਹੈ ਜਿਹੜਾ ਤੁਹਾਡੀ ਬੋਡੀ 'ਚ ਟ੍ਰਿਗਰ ਹੁੰਦਾ ਜਦੋਂ ਤੁਹਾਡਾ ਲਾਈਫ ਸਟਾਈਲ ਗਲਤ ਹੋਵੇ ਜਾਂ ਜਦੋਂ ਤੁਸੀਂ ਸਟ੍ਰੈਸ ਜਾਂ ਗੁੱਸਾ ਜਾਂ ਡਿਪਰੈਸ਼ਨ ਜਾਂ ਅਨਿੰਦਰੇ ਦੀ ਤੁਹਾਨੂੰ ਪ੍ਰੋਬਲਮ ਆ ਇਸ ਤੋਂ ਇਲਾਵਾ ਮੋਟਾਪਾ ਤੁਹਾਡੀ ਇਨਫਲਾਮੇਸ਼ਨ ਵਧਾਉਂਦਾ ਹੈ BP ਕੋਲੈਸਟਰੋਲ ਇਹ ਚੀਜ਼ਾਂ ਤੁਹਾਡੀ ਇਨਫਲਾਮੇਸ਼ਨ ਵਧਾਉਂਦੀਆਂ ਆ ਕੋਲੈਸਟਰੋਲ ਤੁਹਾਡਾ ਵੱਧਦਾ ਹੀ ਉਦੋਂ ਆ ਜਦੋਂ ਤੁਹਾਡੀ ਬੋਡੀ 'ਚ ਇਨਫਲਾਮੇਸ਼ਨ ਜ਼ਿਆਦਾ ਆ ਠੀਕ ਹੈ ਮੇਰੀ ਨਜ਼ਰ ਦੇ ਵਿੱਚ ਇਨਫਲਾਮੇਸ਼ਨ ਹਾਰਟ ਤੇ ਬ੍ਰੇਨ ਦੀ ਡਿਜ਼ੀਜ਼ ਦਾ ਸਭ ਤੋਂ ਵੱਡਾ ਕਾਰਨ ਆ ਅਗਰ ਤੁਸੀਂ ਇਨਫਲਾਮੇਟਰੀ ਲਾਈਫ ਸਟਾਈਲ ਜੀ ਰਹੇ ਹੋ ਅਗਰ ਤੁਹਾਡੇ ਸਰੀਰ 'ਚ ਇਨਫਲਾਮੇਸ਼ਨ ਹੈਗੀ ਆ ਤੁਸੀਂ ਬਹੁਤ ਹਾਈ ਰਿਸਕ ਦੇ ਉੱਪਰ ਹੈਗੇ ਹੋ ਅਗਰ ਤੁਹਾਨੂੰ ਬਾਕੀ ਪ੍ਰੋਬਲਮਸ ਹੈ ਲੇਕਿਨ ਤੁਸੀਂ ਕਿਸੇ ਤਰੀਕੇ ਨਾਲ ਆਪਣੀ ਇਨਫਲਾਮੇਸ਼ਨ ਨੂੰ ਕੰਟਰੋਲ ਕਰਨਾ ਸ਼ੁਰੂ ਕਰਦੇ ਹੋ ਵਧੀਆ ਡਾਇਟ ਵਧੀਆ ਲਾਈਫ ਸਟਾਈਲ ਵਧੀਆ ਗਾਈਡੈਂਸ ਦੇ ਨਾਲ ਤੁਹਾਡੀਆਂ ਬਾਕੀ ਪ੍ਰੋਬਲਮਸ ਵੀ ਹੌਲੀ ਹੌਲੀ ਸੋਲਵ ਹੋਣੀਆਂ ਸ਼ੁਰੂ ਹੋ ਜਾਣਗੀਆਂ ਸੋ ਮੇਰੀ ਨਜ਼ਰ ਦੇ ਵਿੱਚ ਇਹਨਾਂ ਸਾਰਿਆਂ ਫੈਕਟਰਸ ਤੋਂ ਇਲਾਵਾ ਸਟ੍ਰੈਸ
अनिंद्रा, गुस्सा, डिप्रेशन, चिड़चिड़ापन, ये चीज़ा सब तो ज़्यादा कॉन्ट्रीब्यूट कर दिया या शरीर नू बीमारी लगन दे विच। सो दोस्तों ये सी वो सारे फैक्टर जिन्हां दे विच असी देख सकते हैं भी साडा हार्ट रिस्क वध रहा है, साडा ब्रेन डिजीज का रिस्क वध रहा है या नहीं। हुण आ जो गल करिए कि आपां किहनां ते काम करना है। ईरूडाइट न्यूट्रीशन तुहाडे लई ये वीडियो क्यों बना रहा है, क्योंकि इन्हां सारियां चीज़ां नू ठीक करन लई, हार्ट, दिल दे दौरे ते दिमाग दे दौरे नू डाउन, रिस्क डाउन करने वास्ते सब तो जरूरी पहलू की है, डाइट। अगर तुहाडी डाइट अच्छी है, बिना मेडिसन तो तुसी शुगर कंट्रोल कर सकते हो, बिना मेडिसन तो तुसी बीपी कंट्रोल कर सकते हो, बिना किसी वेट लॉस सप्लीमेंट तो तुसी अपना वजन ठीक कर सकते हो, तुहाडा कोलेस्ट्रॉल, तुहाडे ट्राइग्लिसराइड ठीक हो सकते हैं, तुहाडी इनफ्लामेशन ठीक हो सकती है, ईवन के डिप्रैशन, एनजाइटी, गुस्सा, चिड़चिड़ापन, इन सारिया उपर भी एक वधिया हैल्दी डाइट का बहुत ही पॉजिटिव रोल आ। सो अगर तुहाडी डाइट ठीक है, तुहाडा बीपी, शुगर, ट्राइग्लिसराइड, कोलेस्ट्रॉल ते मोटापा, ये सारा कुछ हौली हौली सुधरन लग जाएगा, यानी कि तुहाडा ओवरऑल लाइफस्टाइल जेड़ा आ वो इंप्रूव हो जाएगा, यानी कि तुहाडे जिन्ने भी हार्ट डिजीज के रिस्क ने या ब्रेन की डिजीज के रिस्क ने, ये हौली हौली घटने शुरू हो जाएंगे। वधिया डाइट वास्ते तुसी हमेशा ईरूडाइट न्यूट्रीशन नाल संपर्क कर सकते हो, क्योंकि मैं तुहाडा अपना न्यूट्रीशनिस्ट हाँ। कभी भी तुहानूं इन्हां विचों कोई प्रॉब्लम होवे, एनी टाइम तुसी मेरे नाल संपर्क करो, डाइट प्लान लो, हॉस्पिटल दे विच आके मिलो, ताकि आपां तुहाडे हार्ट डिजीज ते तुहाडी ब्रेन की डिजीज के रिस्क नूं घटा सकीए। खुद घरे बैठ के कोशिश करन दी बजाए अगर असी एक्सपर्ट हैल्प लैके उस चीज़ नूं सेफ ते वधिया तरीके नाल कर सकते हैं, तो सानूं वधिया रिजल्ट भी अचीव होणगे। मैं उम्मीद करता हाँ कि तुहानूं अज दी वीडियो यह वधिया लगी होएगी। अगर तुसी YouTube दे उपर मेरे नाल जुड़े रहना चाहते हो तो प्लीज़ चैनल नूं सबसक्राइब करो, नोटिफिकेशन बैल आइकन नूं जरूर क्लिक करो। अगर तुसी Facebook या Instagram दे उत्ते मेरे नाल जुड़ना चाहते हो तो भी सेम ईरूडाइट न्यूट्रीशन Facebook ते Instagram दे उपर भी तुहानूं मिल जाएगा। मेरी रिक्वेस्ट तुहानूं यह है कि अगर तुसी मैनूं फॉलो करते हो तो Facebook, YouTube ते Instagram इन्हां तिन्नां दे उपर फॉलो करो, ताकि अगर मैं कोई भी वीडियो नवी पावां या कोई भी इनफॉर्मेशन नवी ऐड करां, तुसी उस कंटेंट नूं किसे ना किसे प्लेटफॉर्म उत्ते जरूर देख लो, उन्हूं मिस ना करो। अगर तुहाडे मन च कोई भी सवाल है, तुसी अपने पेशेंट दा या अपने खुद दा चेकअप या कंसल्टेशन मेरे नाल करवाना चाहुंदे आ, तुसी मेरे नाल WhatsApp दे उपर या Facebook, Instagram दे उपर भी संपर्क कर सकते हो, या तुसी मैनूं हॉस्पिटल च आके भी मिल सकते हो। अज असी जो गल कीती है, जिन्हां फैक्टर्स बारे गल कीती है, इहदे विचों जिन्ने ज़्यादा फैक्टर तुहाडी लाइफ च हैगे आ, तुहाडा हार्ट दा ते दिमाग दे अटैक दा रिस्क उन्ना ही ज़्यादा आ। एक एक करके इन्हां रिस्क फैक्टरां नूं अपनी लाइफ चों कढ़ना शुरू करो, उहदे विच मैं तुहाडी मदद करूंगा। लाइफ स्टाइल चेंज करना बहुत जरूरी है, क्योंकि लाइफ स्टाइल च डाइट भी आ जाती है, तुहाडा इनफ्लामेटरी रिस्पोंस जिहड़ियां चीज़ां तुहानूं स्ट्रैस या डिप्रैशन या नींद की प्रॉब्लम वह भी आ जाती है, प्लस तुहाडा फिजिकल वर्कआउट भी आ जाता है। सो लाइफ स्टाइल जरूरी है चेंज करना, अगर असी इस वर्ल्ड की सब तो वड्डी जानलेवा बीमारी तो अपने आप नूं बचाउणा चाहुंदे हां। अगर तुहानू पहला तो ही कार्डियोवैस्कुलर डिजीज की कोई दिक्कत है तो भी तुसी मेरे नाल संपर्क कर सकते हो, बेस्ट डाइट तुहाडे वास्ते ईरूडाइट न्यूट्रीशन प्लान करेगा। मैं तुहानू मिलूंगा अगली वीडियो च, उदों तक वास्ते तुसी रखो अपना ख्याल, टेक केयर।